ਹਰੇ ਭਰੇ ਬਾਗ ਦੇ ਵਿੱਚ ਬੈਠ, ਬਾਰਿਸ਼ ਨਾਲ ਧੋਤੀਆਂ ਪੱਤੀਆਂ ਬੂਟੇ ਦੇਖ। ਮੈਂ ਨਿਰੂਪਮਾ ਦੱਤ ਅੱਜ ਯਾਦ ਕਰ ਰਹੀ ਹਾਂ ਬਿਰਹਾ ਦੇ ਸੁਲਤਾਨ ਨੂੰ, ਸ਼ਿਵ ਕੁਮਾਰ ਬਟਾਲਵੀ। ਅੱਜ ਮੈਂ ਤੁਹਾਡੇ ਨਾਲ ਉਹ ਨਜ਼ਮ ਸਾਂਝੀ ਕਰ ਰਹੀ ਹਾਂ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਸਾਦ ਮੁਰਾਦੀ ਸੋਹਣੀ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਸੂਰਤ ਉਸਦੀ ਪਰੀਆਂ ਵਰਗੀ, ਸੂਰਤ ਉਸਦੀ ਪਰੀਆਂ ਵਰਗੀ, ਸੀਰਤ ਦੀ ਉਹ ਮਰੀਮ ਲੱਗਦੀ, ਹੱਸਦੀ ਹੈ ਤਾਂ ਫੁੱਲ ਚੜ੍ਹਦੇ ਨੇ, ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ, ਲੰਮਸ ਲੰਮੀ ਸਰੂ ਦੇ ਕੱਦ ਦੀ, ਉਮਰ ਅਜੇ ਹੈ ਮਰ ਕੇ ਅੱਗ ਦੀ, ਪਰ ਨੈਣਾਂ ਦੀ ਗੱਲ ਸਮਝਦੀ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਸਾਦ ਮੁਰਾਦੀ ਸੋਹਣੀ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ। ਗੁੰਮਿਆ ਜਨਮ ਜਨਮ ਹਨ ਹੋਏ, ਪਰ ਕਿਉਂ ਲੱਗਦਾ ਹੈ ਕੱਲ ਦੀ ਗੱਲ ਹੈ, ਇਉਂ ਲੱਗਦਾ ਹੈ ਅੱਜ ਦੀ ਗੱਲ ਹੈ, ਇਉਂ ਲੱਗਦਾ ਹੈ ਹੁਣ ਦੀ ਗੱਲ ਹੈ। ਹੁਣੇ ਤਾਂ ਮੇਰੇ ਕੋਲ ਖੜੀ ਸੀ, ਹੁਣੇ ਤਾਂ ਮੇਰੇ ਕੋਲ ਨਹੀਂ ਹੈ, ਇਹ ਕੀ ਛਲ ਹੈ, ਇੱਕੇ ਹੀ ਪਟਕਣ, ਨਜ਼ਰ ਮੇਰੀ ਹੈਰਾਨ ਬੜੀ ਹੈ, ਹਰ ਆਉਂਦੇ ਜਾਂਦੇ ਨੂੰ ਫੋਲ ਰਹੀ ਹੈ, ਉਸ ਕੁੜੀ ਨੂੰ ਟੋਲ ਰਹੀ ਹੈ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ। ਇਹ ਨਜ਼ਮ ਲਗਭਗ 1970 ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਲਿਖੀ। ਲਿਖੀ ਵੀ ਇਹ ਚੰਡੀਗੜ੍ਹ ਸ਼ਹਿਰ ਵਿੱਚ ਗਈ, ਕਿਉਂਕਿ ਉਹਨਾਂ ਸਾਲਾਂ 'ਚ ਚੰਡੀਗੜ੍ਹ ਰਹਿੰਦੇ ਸਨ। ਔਰ ਇਸ ਨਜ਼ਮ ਦੇ ਪਿੱਛੇ ਇੱਕ ਬੜੀ ਹੀ ਛੋਟੀ ਉਮਰ ਦੇ ਪਿਆਰ ਜਾਂ ਲਗਾਵ ਦੀ ਕਹਾਣੀ ਹੈ। ਹਾਲੀ ਜਦ ਸ਼ਾਇਦ ਬਟਾਲਵੀ 17-18 ਸਾਲ ਦੇ ਸਨ, ਅਤੇ ਉਹਨਾਂ ਨੂੰ ਇੱਕ ਲੜਕੀ ਮਿਲੀ। ਉਹ ਸ਼ਾਇਦ ਜਿਸ ਤਰ੍ਹਾਂ ਉਹ ਕਹਿੰਦੇ ਨੇ, ਹੱਸਦੀ ਸੀ ਤਾਂ ਫੁੱਲ ਚੜ੍ਹਦੇ ਸਨ, ਸੂਰਤ ਦੀ ਮਰੀਮ ਲੱਗਦੀ ਸੀ, ਅਤੇ ਉਹਨਾਂ ਨੂੰ ਉਹ ਉਸ ਲੜਕੀ ਨੂੰ ਚਾਹਣ ਲੱਗ ਪਏ, ਅਤੇ ਲੜਕੀ ਵੱਲੋਂ ਵੀ ਨੈਣਾਂ ਦੀ ਗੱਲ ਸਮਝ ਰਹੀ ਸੀ ਉਹ। ਪਰ ਹਾਲਾਤ ਕੁਛ ਐਸੇ ਹੋਏ ਕਿ ਉਹ ਅਲੱਗ ਹੋ ਗਏ, ਉਸਦਾ ਵਿਆਹ ਹੋ ਗਿਆ, ਉਹ ਲੰਡਨ ਚਲੀ ਗਈ। ਇੱਧਰ ਸ਼ਿਵ ਦਾ ਆਪਣਾ ਵਿਆਹ ਹੋ ਗਿਆ, ਦੋ ਬੱਚੇ ਹੋ ਗਏ, ਫਿਰ ਵੀ ਕਿਧਰੇ ਕਿਸੇ ਦਿਲ ਦੇ ਕਿਸੇ ਕੋਨੇ 'ਚ ਉਹਦਾ ਖਿਆਲ ਰਿਹਾ। ਅਤੇ ਫਿਰ ਉਹ 1970 'ਚ ਉਹਨਾਂ ਨੂੰ ਆਇਆ, ਇਨਵੀਟੇਸ਼ਨ ਆਈ ਕਿ ਉਹ ਆਣ ਲੰਡਨ। ਲੰਡਨ ਬੁਲਾਇਆ ਗਿਆ ਨਜ਼ਮਾਂ ਪੜ੍ਹਨ ਵਾਸਤੇ, ਲੋਕਾਂ ਨੂੰ ਮਿਲਣ ਵਾਸਤੇ ਉਹਨਾਂ ਚਾਹਣ ਵਾਲਿਆਂ ਨੇ। ਅਤੇ ਸ਼ਿਵ ਨੂੰ ਇਹ ਪਤਾ ਸੀ ਕਿ ਉਹ ਲੜਕੀ ਉੱਥੇ ਲੰਡਨ ਵਿੱਚ ਹੈ, ਅਤੇ ਉਹਨਾਂ ਨੇ ਖਾਸ ਇਹ ਨਜ਼ਮ ਲਿਖੀ ਉਸ ਵਾਸਤੇ, ਅਤੇ ਉੱਥੇ ਜਾ ਕੇ ਰੇਡੀਓ 'ਤੇ ਗਾਈ ਕਿ ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਨਾਲ ਉਹਨੂੰ ਸੋਹਾਂ ਦਿੱਤੀਆਂ ਆਪਣੀਆਂ, ਉਸ ਦੀਆਂ, ਜੱਗ ਦੀਆਂ, ਰੱਬ ਦੀਆਂ, ਕਿ ਵੀ ਇੱਕ ਵਾਰੀ ਆ ਕੇ ਮਿਲ ਜਾਏ।
ਹੁਣ ਸ਼ਾਇਰ ਲੋਕ ਜਿਹੜੇ ਹੁੰਦੇ ਨੇ ਉਹ ਕਲਪਨਾ ਵਿੱਚ ਵਾਸ ਕਰਦੇ ਨੇ, ਹਕੀਕਤ ਨਾਲ ਉਹਨਾਂ ਦਾ ਇੰਨਾ ਰਿਸ਼ਤਾ ਨਹੀਂ ਹੁੰਦਾ। ਉਹ ਲੜਕੀ ਤਾਂ ਨਾ ਮਿਲੀ, ਉਹ ਕੁੜੀ ਉਹਨਾਂ ਕੋਲ ਨਾ ਆਈ ਜਿਹੜੀ ਗੁੰਮ ਸੀ, ਪਰ ਇਹ ਨਜ਼ਮ ਇੰਨੀ ਮਕਬੂਲ ਹੋਈ, ਇੰਨੀ ਮਕਬੂਲ ਹੋਈ, ਔਰ ਸ਼ਾਇਦ ਇਹ ਤਿੰਨ ਨਜ਼ਮਾਂ ਵਿੱਚੋਂ ਹੈ ਜੋ ਹਾਲੀ ਵੀ ਸ਼ਿਵ ਕੁਮਾਰ ਦੀ ਆਵਾਜ਼ ਵਿੱਚ ਸਾਨੂੰ ਮਿਲ ਜਾਂਦੀਆਂ ਨੇ।